ਤੁਹਾਡਾ ਵੈੱਬਟਿਵ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਪਰਮਜੀਤ ਕੌਰ ਸੈਣੀ ਨਿੱਗਾ ਸਵਾਗਤ ਕਰਦੀ ਆਂ ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਲਾਈਵ ਹਾਜ਼ਰ ਹੋ ਚੁੱਕੇ ਆਂ ਪ੍ਰੋਗਰਾਮ ਖਬਰਾਂ ਦੇ ਯਾਰ ਪਰ ਲੈ ਕੇ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਬਾਬਤ ਆਰ ਪਾਰ ਦੀ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਕਮਲੇਸ਼ ਦੁੱਗਲ ਜੀ ਸਭ ਤੋਂ ਪਹਿਲਾਂ ਦੁੱਗਲ ਸਾਹਿਬ ਦਾ ਸਵਾਗਤ ਕਰ ਲੈਂਦੇ ਆਂ ਸਤਿ ਸ਼੍ਰੀ ਅਕਾਲ ਸਰ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਦਰਸ਼ਕਾਂ ਨੂੰ ਵੀ ਸੱਦਾ ਦੇ ਦਿੰਦੇ ਆਂ ਕਿ ਤੁਸੀਂ ਵੀ ਇਸ ਵਿਚਾਰ ਚਰਚਾ ਦਾ ਹਿੱਸਾ ਿੰਦਗ ਮੈਂ ਸੋਚੀ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਕੇ ਉਸ ਤੇ ਵਿਚਾਰ ਚਰਚਾ ਕਰ ਸਕੀ ਸ਼ੁਰੂਆਤ ਕਰ ਲੈਣ ਆ ਪ੍ਰੋਗਰਾਮ ਦੀ ਤੇ ਅੱਜ ਦੀ ਜੋ ਤਾਜ਼ਾ ਤੇ ਵੱਡੀ ਖਬਰ ਹੈ ਕਿ 200 ਬੀਬੀਆਂ ਕਿਸਾਨ ਬੀਬੀਆਂ ਐਮਪੀ ਬਣ ਕੇ ਸੰਸਦ ਦੇ ਵਿੱਚ ਪਹੁੰਚੀਆਂ ਨੇ ਕਿਉਂਕਿ ਲਗਾਤਾਰ ਕਿਸਾਨੀ ਸੰਘਰਸ਼ ਚੱਲ ਰਿਹਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਇੱਕ ਪਾਸੇ ਭਾਰਤ ਦੀ ਸੰਸਦ ਚੱਲ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੀ ਸੰਸਦ ਚੱਲ ਰਹੀ ਹੈ ਜੰਤਰ ਮੰਤਰ ਤੇ ਸਭ ਨੂੰ ਇਸ ਬਾਰੇ ਪਤਾ ਹੈ ਤੇ ਅੱਜ ਦਾ ਦਿਨ ਖਾਸ ਸੀ ਕਿਉਂਕਿ ਅੱਜ 8 ਮਹੀਨੇ ਦਾ ਸਮਾਂ ਵੀ ਕਿਸਾਨੀ ਅੰਦੋਲਨ ਨੂੰ ਦਿਲ ਦੀਆਂ ਬਰੂਹਾਂ ਤੇ ਚੱਲਦੇ ਹੋਏ ਹੋ ਗਿਆ ਤੇ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਆਪਣੀ ਸੰਸਦ ਚਲਾਈ ਜਾਏਗੀ ਸੋ ਅੱਜ ਸੋ ਵਾਰ ਅੱਜ ਖਾਸ ਉਲਿਖਿਆ ਗਿਆ ਸੀ ਕਿ ਬੀਬੀਆਂ ਸੰਸਦ ਚਲਾਣਗੀਆਂ ਤੇ ਬੀਬੀਆਂ ਪਹੁੰਚ ਵੀ ਚੁੱਕੀਆਂ ਨੇ ਤੇ ਬੀਬੀਆਂ ਦੀ ਸੰਸਦ ਸ਼ੁਰੂ ਵੀ ਹੋ ਚੁੱਕੀ ਹੈ ਕਿੰਜ ਦੇਖਦੇ ਹੋ ਤੁਸੀਂ ਸਰ ਦੇਖੋ ਜਿਹੜਾ ਸਾਡਾ ਕਿਸਾਨ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਦਿੱਲੀ ਦੇ ਵਿੱਚ ਜੀ ਉਹਨੂੰ ਅੱਜ ਪੂਰੇ 8 ਮਹੀਨੇ ਹੋ ਚੁੱਕੇ ਨੇ ਕਿਉਂਕਿ ਇਹ 26 ਨਵੰਬਰ ਤੋਂ ਜਿਹੜਾ ਇਹ ਸ਼ੁਰੂ ਹੋਇਆ ਸੀ ਸੋ ਇਸ ਕਰਕੇ ਜਿਹੜਾ ਹੁਣ ਜਿਹੜੀ ਨਵੀਂ ਪਿਰਤ ਪਾਈ ਆ ਕਿਸਾਨਾਂ ਨੇ ਵੀ ਆਪਣੀ ਕਿਸਾਨੀ ਸੰਸਦ ਦੇ ਨਾਂ ਨਾਲ ਜਿਹੜਾ ਬਣਾਇਆ ਉਹਨੇ ਸਾਰੇ ਕੋ ਮੰਤਰੀ ਪੱਧਰ ਤੱਕ ਜਿਹੜਾ ਹੈਗਾ ਆਪਣਾ ਧਿਆਨ ਖਿੱਚਿਆ ਜੀ ਹਾਲਾਂਕਿ ਜਿਹੜੇ ਸਾਡੇ ਜਿਹੜੇ ਸਰਕਾਰ ਆ ਸਾਡੀ ਉਹ ਇਹਨਾਂ ਕਿਸਾਨੀ ਸੰਸਦ ਨੂੰ ਕੋਈ အਹਿਮੀयत ਨਹੀਂ ਦਿੰਦੀ ਜਿਵੇਂ ਤੋਂ ਉਮਰ ਦਾ ਬਿਆਨ ਆ ਵੀ ਬਲਕਿ ਜਿਹੜੀ ਇਹ ਕਿਸਾਨੀ ਸੰਸਦ ਆ ਇਹ ਬੇਕਾਰ ਆ ਵੀ ਕਿਸਾਨ ਸੰਸਦ ਆ ਇੱਕੋ ਹੀ ਹੁੰਦੀ ਆ ਜਿਹਨੂੰ ਲੋਕ ਚੁਣ ਕੇ ਦੇਲੇਪੀデア ਆਪਣੇ ਨੁਮਾਇंदे ਤੇ ਉਹਦੇ ਵਿੱਚ ਜੇ ਨਹੀਂ ਹੁਣ ਜਿਹੜਾ ਅੱਜ ਦੇ ਜਿਹੜਾ ਹੈਗਾ ਕਿਸਾਨ ਬੀਬੀਆਂ ਵੀ ਇੱਕ ਬਲੱਖਣ ਤੇ ਨਵੇਕਲਾ ਕੰਮ ਹੈਗਾ ਕਿਉਂਕਿ ਇਸ ਕਿਸਾਨ ਅੰਦੋਲਨ ਦੇ ਨਾਲ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਕਿਸਾਨ ਬੀਬੀਆਂ ਦੇ ਵਿੱਚ ਬਹੁਤ ਹੀ ਜਾਗਰੂਕਤਾ ਆਈ ਆ ਇਹਦੇ ਨਾਲ ਇਹ ਆ ਵੀ ਉਹਨਾਂ ਨੂੰ ਦੇਖੋ ਹੁਣ ਅੱਜ ਜਿਹੜੀ ਉਹਨਾਂ ਨੇ ਬਹਿਸ ਕਰਨੀ ਆ ਉਹ ਤਿੰਨੇ ਕਾਨੂੰਨਾਂ ਦੇ ਬਾਰੇ ਬਹਿਸ ਕਰਨੀਆਂ ਜਿਹੜੇ ਲੋ ਬੀਬੀਆਂ ਵੀ ਦੇਖੋ ਬਹੁਤ ਪੜੀਆਂ ਲਿਖੀਆਂ ਬੀਬੀਆਂ ਨੇ ਐ ਨਹੀਂ ਹੈਗੇ ਵੀ ਉਹ ਬਿਲਕੁਲ ਹੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੋ ਬਿਲਕੁਲ ਜਿਵੇਂ ਸੰਸਦ ਦੀ ਕਾਰਵਾਈ ਹੁੰਦੀ ਆ ਉਮੀਓ ਕਾਰਵਾਈ ਚ ਚੱਲੂਗੀ ਉਹਦੇ ਵਿੱਚ ਵੀ ਉਹ ਵਾਕਿਆ ਦਾ ਜਿਹੜੇ ਹੈਗੇ ਆ ਕੰਮ ਰੁਕੂ ਮਤੇ ਪੇਸ਼ ਕਰੇ ਜਾਣਗੇ ਤੁਸੀਂ ਪਹਿਲਾਂ ਦੇਖਿਆ ਹੈਗਾ ਵੀ ਉਹਦੇ ਚ ਜਿਹੜੀ ਕਿਸਾਨੀ ਸੰਸਦ ਦੇ ਵਿੱਚ ਜਿਹੜਾ ਖੇਤੀਬਾੜੀ ਮੰਤਰੀ ਬਣਾਇਆ ਸੀ ਉਹਨਾਂ ਨੇ ਉਹ ਅਖੀਰ ਦੇ ਵਿੱਚ ਰਿਜ਼ਾਈਨ ਕਰ ਗਿਆ ਸੀ ਤਾਂ ਇੱਕ ਸਿੰਬੋਲਿਕ ਸੰਕੇਤ ਸੀ ਜਾਨੀ ਸਾਡੀ ਲੋਕਾਂ ਨੂੰ ਸਾਡੇ ਐਮਪੀਜ਼ ਨੂੰ ਜਿਹੜਾ ਦੱਸਣਾ ਹੁਣ ਦੇਖੋ ਕੇਰਲਾ ਦੇ 20 ਜਿਹੜੇ ਐਮਪੀ ਨੇ ਪੈਦਲ ਆ ਕੇ ਉੱਤੇ ਜੰਤਰ ਮੰਤਰ ਦੇ ਉੱਪਰ ਆ ਕੇ ਉਹਨਾਂ ਨੇ ਆਪਣੀ ਸਪੋਰਟ ਜਿਹੜੀ ਆ ਉਹਨਾਂ ਨੂੰ ਦਿੱਤੀ ਆ ਅਸੀਂ ਦੇਖ ਰਹੇ ਆਂ ਵੀ ਪਾਰਲੀਮੈਂਟ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਐਮਪੀ ਨੇ ਉਹ ਅੰਦਰ ਵੀ ਤੇ ਬਾਹਰ ਵੀ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਜਿਹੜੇ ਹੈਗੇ ਆ ਤੇ ਇਹ ਹੀ ਤਿੰਨਾਂ ਕਾਨੂੰਨਾਂ ਨੂੰ ਜਿਹੜੇ ਹੈਗੇ ਆ ਵੀ ਇਹਨਾਂ ਨੂੰ ਖਾਰਜ ਕਰੋ ਰੱਦ ਕਰੋ ਹੈਨਾ ਇਹਨਾਂ ਨੂੰ ਵਾਪਸ ਲਓ ਦੇ ਨਾਰੇ ਲਾ ਰਹੇ ਨੇ ਆ ਹੱਥ ਵਿੱਚ ਤਖਤੀਆਂ ਫੜ ਕੇ ਸਾਰੀ ਜਿੰਨੇ ਵੀ ਜਿਹੜੇ ਵਿਰੋਧੀ ਧਿਰ ਜਿਹੜੀ ਹੈਗੀ ਹੈ ਜੀ ਨਾ ਦੇਖੋ ਹੁਣ ਕਿਸਾਨਾਂ ਨੇ ਇੱਕ ਪਰਮਜੀਤ ਇੱਕ ਵਿਪ ਜਾਰੀ ਕੀਤਾ ਸੀ ਜਿਹਨੂੰ ਪੀਪਲ ਵਿਪ ਕਿਹਾ ਜਾਂਦਾ ਵੀ ਹਰ ਬੰਦਾ ਜਿਹੜਾ ਹੈਗਾ ਉਹ ਜਿਹੜਾ ਪਾਰਲੀਮੈਂਟ ਦੇ ਵਿੱਚ ਸਿਰਫ ਤੇ ਸਿਰਫ ਜਿਹੜੀ ਕਿਸਾਨ ਅੰਦੋਲਨ ਦੀ ਗੱਲ ਕਰੇ ਇਹ ਤਾਂ ਪੈਗਾਸਸ ਸਪਾਈ ਵਿਅਰ ਦੀ ਗੱਲ ਜਾਦੀ ਥੋੜੀ ਜੀ ਹੋ ਗਈ ਨਹੀਂ ਤਾਂ ਆਮ ਤੌਰ ਦੇ ਉੱਪਰ ਜਿਵੇਂ ਸਾਡੇ ਅਸੀਂ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਆ ਚਾਹੇ ਸ਼ਰੋਮਣੀ ਅਕਾਲੀ ਦਲ ਆ ਚਾਹੇ ਉਹ ਆਮ ਆਦਮੀ ਪਾਰਟੀਆ ਸਾਰੀਆਂ ਪਾਰਟੀਆਂ ਨੇ ਜਿਹੜਾ ਹੈਗਾ ਬਹੁਤ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਹੈਗੇ ਆ ਹਾਂ ਪੱਖੀ ਜਿਹੜੇ ਹੈਗੇ ਆ ਨਾਰੇ ਲਾਏ ਆ ਤੇ ਹੁਣ ਜਿਹੜਾ ਅੱਜ ਦੇ ਜਿਹੜੀ ਕਾਰਵਾਈ ਬੀਬੀਆਂ ਦੇ ਹੱਥ ਵਿੱਚ ਆ ਇਹ ਵੀ ਇਸ ਗੱਲ ਦਾ ਸੰਕੇਤ ਆ ਵੀ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਵੀ ਬੀਬੀਆਂ ਵੀ ਬਹੁਤ ਜਾਗਰੂਕ ਔਰੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਨਾ ਇਹ ਬੀਬੀਆਂ ਦੀ ਵੀ ਜਿਹੜੀ ਭੂਮਿਕਾ ਬਹੁਤ ਜ਼ਿਆਦਾ ਹੋਊਗੀ ਕਿਉਂਕਿ ਬੀਬੀਆਂ ਹੁਣ ਉਹ ਪਹਿਲੀਆਂ ਬੀਬੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਘਰ ਦਾ ਹੀ ਕਮੋਂਦੇ ਨੇ ਕਹਿਤਾ ਵੀ ਵੋਟੇ ਨੂੰ ਪਾਉਣੀ ਆ ਤਾਂ ਸਾਰੀਆਂ ਲੇਡੀਜ਼ ਜਿੰਨੀਆਂ ਵੀ ਸੀ ਉਸੇ ਬੰਦੇ ਨੂੰ ਵੋਟ ਪਾ ਲੈਂਦੀਆਂ ਅੱਜ ਲੇਡੀ ਜਿਹੜੀ ਹੈਗੀ ਬਹੁਤ ਹੀ ਜਾਗਰੂਕ ਹੋ ਚੁੱਕੀ ਆ ਬਹੁਤ ਜ਼ਿਆਦਾ ਉਹ ਚੌਕਸ ਆ ਹਿਆਰ ਆ ਉਹਨੂੰ ਸਾਰੇ ਆਪਣੇ ਮਾੜੇ ਤੇ ਚੰਗੇ ਪੱਖਾਂ ਦਾ ਪਤਾ ਉਹਨੂੰ ਇਹ ਵੀ ਪਤਾ ਵੀ ਪਾਰਲੀਮੈਂਟ ਦੇ ਵਿੱਚ ਕੀ ਹੋ ਰਿਹਾ ਪਾਰਲੀਮੈਂਟ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਲੋਕ ਜਿਹੜੇ ਭੇਜ ਰਹੇ ਆ ਦੇਖੋ ਅੱਜ ਇੱਕ ਬੀਬੀ ਵਾਰੀ ਆ ਇੱਕ ਤੇਲਗਾਨਾ ਦੀ ਐਮਪੀ ਬੀਬੀ ਉਹਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਆ ਕਿਉਂਕਿ ਉਹ 5-500 ਦੇ ਨੋਟ ਜਿਹੜਾ ਉਹਦਾ ਪੀਏ ਹੈਗਾ ਸੀ ਉਹ 5-500 ਦੇ ਨੋਟ ਵੰਡ ਰਿਆ ਸੀ ਦੇਖੋ ਅੱਜ ਤੱਕ ਜਿਹੜੇ ਹੈਗਾ ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਨੋਟਾਂ ਦਾ ਹਰੇਕ ਪਾਰਟੀ ਵੰਡਦੀ ਆ ਸਾਨੂੰ ਪਤਾ ਨਸ਼ੇ ਵੰਡਦੀ ਆ ਨੋਟ ਵੰਡਦੀ ਆ ਉਹਨਾਂ ਨੂੰ ਹੋਰ ਲਾਲਚ ਦਿੰਦੀ ਆ ਤੇ ਪਰ ਪਹਿਲੀ ਵਾਰੀ ਪਰ ਚਲੋ ਉਹਨੇ ਹਾਈ ਕੋਰਟ ਨੇ ਉਹਨੂੰ ਜਵਾਨ ਦੇਤੀ ਅਗਿਓ ਕੇਸ ਜਿਹੜਾ ਹੈਗਾ ਹਾਈ ਕੋਰਟ ਚੱਲੂਗਾ ਸੋ ਕេស ਕਰਕੇ ਜਿਹੜੀਆਂ ਹੁਣ ਇਹ ਵੀ ਗੱਲਾਂ ਜਿਹੜੀਆਂ ਹੈਗੇ ਨੇ ਕਿਸਾਨ ਉਹਦੇ ਵਿੱਚ ਸੰਸਦ ਦੇ ਵਿੱਚ ਬੀਬੀਆਂ ਉਠੋਣਗੀਆਂ ਤੋ ਇਸ ਕਰਕੇ ਜਿਹੜੀ ਹੈਗੀ ਆ ਲੋਕਾਂ ਨੂੰ ਵੀ ਹੁਣ ਪਤਾ ਲੱਗ ਗਿਆ ਜਿਹੜੀ ਪਾਰਲੀਮੈਂਟ ਨੇ ਵੀ ਕਿਵੇਂ ਦੇਖੋ ਬਹੁਤ ਸਾਰੇ ਲੋਕ ਤੇ ਜਿਹੜੇ ਸਾਡੇ ਐਮਪੀ ਨੇ ਅਸਲੀ ਐਮਪੀ ਦੀ ਗੱਲ ਕਰਦਾ ਮੈਂ ਕਿਸਾਨ ਐਮਪੀ ਦੀ ਨਹੀਂ ਗੱਲ ਕਰਦਾ ਜਿਹੜੇ ਜਿਨ੍ਹਾਂ ਦੇ ਉੱਪਰ ਕ੍ਰਿਮੀਨਲ ਕੇਸ ਨੇ ਤੇ ਬਹੁਤ ਹੀ ਵੱਡੇ ਕਤਲ ਕੇਸ ਰੇਪ ਕੇਸ ਵਰਗੇ ਕੇਸ ਨੇ ਉਹ ਸਾਨੂੰ ਪਤਾ ਹੀ ਨਹੀਂ ਹੈਗਾ ਜੋ ਕਿ ਅਸੀਂ ਲੋਕਾਂ ਨੂੰ ਦੱਸਦੇ ਨਹੀਂ ਹੈਗੇ ਅਸੀਂ ਅੱਖਾਂ ਮੀਚ ਕੇ ਜਿਹੜੀ ਹੈਗੇ ਇਹਨਾਂ ਲੋਕਾਂ ਨੂੰ ਵੋਟ ਪਾ ਦਿੰਦੇ ਆ ਫਿਰ ਇਹ ਲੋਕ ਜਿਹੜੇ ਹੈਗੇ ਆ ਆਪਣੀ ਮਨਮਰਜ਼ੀਆਂ ਕਰਦੇ ਨੇ ਜਿਵੇਂ ਹੁਣ ਤੁਸੀਂ ਦੇਖਿਆ ਵੀ ਸਿਰਫ ਕਾਰਪੋਰੇਟ ਘਰਾਣਿਆਂ ਦੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਹੜੇ ਹੈਗੇ ਸਰਕਾਰ ਟਸ ਤੋਂ ਮਾਸ ਨਹੀਂ ਹੋ ਰਹੀ ਜਦੋਂ ਕਿ 8 ਮਹੀਨਿਆਂ ਦੇ ਵਿੱਚ ਤੋਮਰ ਸਾਹਿਬ ਨੂੰ ਤਾਂ ਇਹ ਨਹੀਂ ਪਤਾ ਵੀ ਕਿੰਨੇ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਗਏ ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ ਲਿਖਤੀ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਨੂੰ ਨਹੀਂ ਪਤਾ ਕਿ ਨਹੀਂ ਸ਼ੀਰ ਹੋਗੇ ਦੇਖੋ ਹਾਲਾਂਕਿ ਜਿਹੜਾ ਹੈਗਾ ਪੁਲਿਸ ਦੇ ਵਿੱਚ ਇਹਦਾ ਪੂਰਾ ਰਿਕਾਰਡ ਆ ਹੁਣ ਦੇਖੋ ਜਿਹੜਾ 8 ਮਹੀਨੇ ਦੀ ਗੱਲ ਕੀਤੀ ਹੈ ਸੰਯੁਕਤ ਕਿਸਾਨ ਮੋਰਚਾ ਉਹ ਹੁਣ ਦੇਖੋ ਸਾਨੂੰ ਪਤਾ ਵੀ ਯੂਪੀ ਦੇ ਵਿੱਚ ਚੋਣਾਂ ਨੇ ਸਾਨੂੰ ਪਤਾ ਵੀ ਉੱਤਰਾਖੰਡ ਦੇ ਵਿੱਚ ਚੋਣਾਂ ਨੇ ਇਹਦੇ ਵਿੱਚ ਵੀ ਹੁਣ ਉਹ ਜਿਹੜਾ ਮਿਸ਼ਨ ਜਿਹੜਾ ਹੈਗਾ ਯੂਪੀ ਤੇ ਮਿਸ਼ਨ ਜਿਹੜਾ ਹੈਗਾ ਉਤਰਾਖੰਡ ਇਹਦੇ ਬਾਰੇ ਵੀ ਜਿਹੜਾ ਹੈਗਾ ਹੁਣ ਸੰਯੁਕਤ ਕਿਸਾਨ ਮੋਰਚਾ ਜਿਹੜਾ ਅਗਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਯੂਪੀ ਦੇ ਵਿੱਚ ਜਾ ਕੇ ਜਿਹੜੀਆਂ ਮਹਾਪੰਚਾਇਤਾਂ ਲਾ ਰਿਹਾ ਲੋਕਾਂ ਨੂੰ ਚੌਕਸ ਕਰੇਗਾ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਕੀਤਾ ਸੀ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਸਰਕਾਰ ਨੂੰ ਚਾਹੀਦਾ ਵੀ ਹੁਣ ਤਾਂ ਥੋੜਾ ਜਿਆਦਾ ਧਿਆਨ ਦਿਓ ਤੁਸੀਂ ਕਹਿੰਦੇ ਹੋ ਵੀ ਭਾਰਤ ਨੂੰ ਜਿਹੜਾ ਹੈਗਾ ਤੋੜੋ ਨਾ ਜੋੜੋ ਇਹ ਕਿਸਾਨਾਂ ਨੂੰ ਵੀ ਆਪਣੇ ਨਾਲ ਜੋੜੋ ਤਾਂ ਕਿ ਉਹ ਆਪਣੇ ਦੇਸ਼ ਦੀ ਹੈ ਰੀਡ ਦੀ ਹੱਡੀ ਨੇ ਇੱਕ ਪਾਸੇ ਤੁਸੀਂ ਇਹਨਾਂ ਨੂੰ ਅੰਨਦਾਤਾ ਕਹਿਗੇ ਪਰ ਕੰ사 ਕਰ ਦਿਓ ਦੂਜੇ ਪਾਸੇ ਉਹਨਾਂ ਦੀ ਤੁਸੀਂ ਗੱਲ ਨਹੀਂ ਸੁਣਦੇ ਸੋ ਲੋੜ ਇਸ ਤਰ੍ਹਾਂ ਦੀ ਆ ਪਰ ਵੀ ਇਸ ਟਾਈਮ ਜਿਹੜੀ ਹੈ ਕਿਸਾਨ ਨੂੰ ਇਹਨਾਂ ਦੀ ਗੱਲ ਜਿਹੜੀ ਆ ਉਹ ਸੁਣੀ ਚਾਹੀਦੀ ਹੈ ਬਿਲਕੁਲ ਸੋ ਅੱਜ 8 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਕਿਸਾਨੀ ਸੰਘਰਸ਼ ਨੂੰ ਚਾਲਦੇ ਹੋਏ ਮੰਗ ਸਿਰਫ ਇੱਕ ਤੀਕਾ ਹੈ ਕਿ ਕਿਸਾਨੀ ਦੇ ਜੋ ਤਿੰਨ ਨਵੇਂ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਸੋ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕਿਸਾਨੀ ਸੰਸਦ ਚਲਾਈ ਗਈ ਹੈ ਤੇ ਅੱਜ ਦੀ ਕਿਸਾਨੀ ਸੰਸਦ ਬੀਬੀਆਂ ਦੇ ਹਵਾਲੇ ਕੀਤੀ ਗਈ ਹੈ ਤੇ 200 ਬੀਬੀਆਂ ਅੱਜ ਸੰਸਦ ਮੈਂਬਰ ਬਣ ਕੇ ਕਿਸਾਨੀ ਸੰਸਦ ਚਲਾ ਰਹੀਆਂ ਨੇ ਇਸ ਵਿੱਚ ਦੁਗਲ ਸਾਹਿਬ ਤੁਸੀਂ ਗੱਲ ਵੀ ਕੀਤੀ ਕਿ ਤੋਮਰ ਹੋਰਾ ਦੇ ਬਿਆਨ ਆ ਰਹੇ ਨੇ ਕਦੇ ਉਹ ਕਹਿੰਦੇ ਨੇ ਕਿ ਉਹ ਗੱਲਬਾਤ ਲਈ ਤਿਆਰ ਨੇ ਪਰ ਸ਼ਰਤਾਂ ਦੇ ਅਨੁਸਾਰ ਉੱਥੇ ਹੀ ਤੋਮਰ ਹੋਰਾ ਦਾ ਬਿਆਨ ਹੈ ਕਿ ਕਿਸਾਨਾਂ ਦੀ ਸੰਸਦ ਬੇਕਾਰ ਹੈ ਜਿਵੇਂ ਬੀਤੇ ਦਿਨੀ ਇਹਨਾਂ ਦੇ ਮੰਤਰੀ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਹੋਰ ਦਾ ਬਿਆਨ ਸਾਹਮਣੇ ਆਂਦਾ ਕਿ ਕਿਸਾਨ ਨਹੀਂ ਮਵਾਲੀ ਨੇ ਹਰਜੀਤ ਗਰੇਵਾਲ ਹੋਰ ਇਦਾਂ ਦੇ ਬਿਆਨ ਦਿੰਦੇ ਨੇ ਅਜਿਹੀ ਪਾਜਪਨੇਤਾਵਾਂ ਦੇ ਬਿਆਨ ਆਂਦੇ ਰਹਿੰਦੇ ਨੇ ਇੱਕ ਪਾਸੇ ਇਹਨਾਂ ਦੀ ਅਜਿਹੀ ਬਿਆਨਬਾਜ਼ੀ ਕਿਸਾਨਾਂ ਦੇ ਝਕਮਾ ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ ਤੇ ਦੂਜੇ ਪਾਸੇ ਇਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਕਿਤੇ ਕੋਈ ਅਜਿਹੀ ਸਾਜ਼ਿਸ਼ ਤਾਂ ਨਹੀਂ ਕਿ ਜੋ ਜਨਵਰੀ ਤੋਂ ਬਾਅਦ ਦੇ ਵਿੱਚ ਜੋ ਇੱਕ ਮਸਲੇ 'ਚ ਖੜੋਤ ਆਈ ਹੈ ਇਹ ਇਸ ਚੀਜ਼ ਦੇ ਉੱਪਰ ਮੋਹਰ ਤਾਂ ਨਹੀਂ ਲਗਾਉਣਾ ਚਾਹੁੰਦਾ ਕਿ ਇਹ ਲੋਕ ਤਾਂ ਕਿਸਾਨ ਹੈ ਹੀ ਨਹੀਂ ਤਾਂ ਹੀ ਸਰਕਾਰ ਗੱਲਬਾਤਿੰਗ ਕਰ ਰਹੀ ਕਿਉਂਕਿ ਜੇਕਰ ਕਿਸਾਨ ਹੁੰਦੇ ਤਾਂ ਉਹ ਗੱਲਬਾਤ ਕਰ ਲੈਂਦੇ ਦੇਖੋ ਜਿਹੜਾ ਨਾ ਤੁਸੀਂ ਬਿਲਕੁਲ ਸਹੀ ਕਿਹਾ ਕੱਲ ਰਕੇਸ਼ ਤਕੈਤ ਉਹਨਾਂ ਦਾ ਇੱਕ ਬਿਆਨ ਆਇਆ ਵੀ ਜਿਹੜੀ ਇਹ ਸਰਕਾਰ ਨੇ ਚੁੱਪ ਜੀ ਵੱਡੀ ਬੱਟੀ ਹੋਈ ਹੈ ਨਾ ਇਹ ਕਿਸੇ ਵੱਡੀ ਛਾਜਸ਼ ਦਾ ਜਿਹੜਾ ਹੈਗਾ ਸੰਕੇਤ ਆ। ਬਿਲਕੁਲ। ਤੋਂ ਹੁਣ ਦੇਖੋ ਆਪਾਂ ਜਿਹੜੀ ਉਹ ਹੈਗੇ ਉਹ ਮਵਾਲੀਓ ਦੱਸਦੀ ਆ। ਮਵਾਲੀ ਜਿਹੜੇ ਹੈਗੇ ਆ ਉਹ ਹੁਣ ਲੋਕਾਂ ਨੇ ਥਾਂ ਥਾਂ ਜਿਹੜੇ ਹੈਗੇ ਆ ਉਹਦੇ ਵਿਰੁੱਧ ਮੁਜ਼ਾਰੇ ਕੀਤੇ ਨੇ ਮੰਤਰੀ ਦੇ ਵਿਰੁੱਧ ਤੇ ਕਿਉਂਕਿ ਉਹਨੂੰ ਕਿਹਾ ਵੀ ਮੈਂ ਜਿਹੜੇ ਮਵਾਲੀ ਆ ਕਿਸਾਨ ਨਹੀਂ ਹੈਗੇ ਮਵਾਲੀ ਤਾਂ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਦੇ ਵਿੱਚ ਬੈਠੇ ਨੇ। ਮਾਲੀ ਤਾਂ ਜਿਹੜੇ ਕਾਤਲ ਨੇ ਜਿਹੜੇ ਰੇਪ ਕਰਨ ਵਾਲੇ ਤੁਸੀਂ ਉਹ ਪਾਰਲੀਮੈਂਟ ਦੇ ਜੋ ਇਸ ਤਰ੍ਹਾਂ ਲੋਕਾਂ ਜਿਹੜੇ ਕਿਸਾਨ ਹੁਣ ਕਾਫੀ ਚੌਕਸ ਹੋਏ ਨੇ ਪਰ ਇਹ ਜਿਹੜਾ ਹੈਗਾ ਫੇਰ ਵੀ ਜਿਹੜੀ ਤੋਮਰ ਸਾਹਿਬ ਦੀ ਜਦੋਂ ਵੀ ਕਹਿੰਦੇ ਵੀ ਅਸੀਂ ਹਮੇਸ਼ਾ ਗੱਲਬਾਤ ਕਰਨ ਨੂੰ ਤਿਆਰ ਆ ਪਰ ਨਾਲ ਕਹਿੰਦੇ ਵੀ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਜਦੋਂ ਕਿ ਸਾਰਾ ਡੀਲ ਕਾ ਹੀ ਇਹੀ ਆ ਕਾਨੂੰਨਾਂ ਦਾ ਜੇ ਕਾਨੂੰਨ ਰੱਦ ਉਹ ਕਹਿਣ ਵੀ ਚਲੋ ਆਪਾਂ ਗੱਲਬਾਤ ਕਰਦੇ ਆ ਜੇ ਕਾਨੂੰਨਾਂ ਨੂੰ ਆਪਾਂ ਹੋਰ ਅੱਗੇ ਪਾ ਦਾਂਗੇ 24 ਤਾਂ ਦੇਖੋ ਹੁਣ 24 ਦੇ ਵਿੱਚ ਵੀ ਕੀ ਰਹਿ ਗਿਆ ਹੁਣ ਹੁਣ ਤਾਂ ਹੁਣ 2-3 ਸਾਲ ਹੀ ਰਹਿ ਗਏ ਜਿਹੜੇ ਹੈਗੇ ਆ ਸੋ ਇਸ ਕਰਕੇ ਜਿਹੜਾ ਹੈਗਾ ਸਰਕਾਰ ਨੂੰ ਜਿਹੜਾ ਹੈਗਾ ਸਰਕਾਰ ਨੂੰ ਪਤਾ ਵੀ ਆ ਵੀ ਸਾਨੂੰ ਜਾਦੇ ਨੁਕਸਾਨੋਂ ਬੀਜੇਪੀ ਦੇਖੋ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਪਿਆ ਸਾਨੂੰ ਪਤਾ ਹੈਗਾ ਵੀ ਕਿਸਾਨ ਗੱਲ ਨਹੀਂ ਕਰਦੇ ਤੇ ਕਿਸਾਨ ਮੀਟਿੰਗਾਂ ਨਹੀਂ ਕਰ ਦਿੰਦੇ ਹੁਣ ਕੱਲ ਜਲੰਧਰ ਦੇ ਵਿੱਚ ਵੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਕਿਸਾਨਾਂ ਕੋਲ ਆ ਕੇ ਸਰਕਾਰ ਜਿਹੜੀ ਹੈ ਕੇਂਦਰ ਦੀ ਸਰਕਾਰ ਨਾਲ ਕਿਸਾਨ ਪੱਕੀ ਆ ਉਹ 100 ਅਸੀਂ 100 ਦੇ 17 ਦੀਆਂ 17 ਸੀਟਾਂ ਦੇ ਪੰਜਾਬ ਦੇ ਵਿੱਚੋਂ ਚੋਣ ਲੜਾਂਗੇ ਤੇ ਪਹਿਲੇ ਦਿਨਾਂ ਦੇ ਵਿੱਚ ਅਸੀਂ ਇਹ ਕੰਮ ਕਰਾਂਗੇ ਉਹ ਕੰਮ ਕਰਾਂਗੇ ਜਦੋਂ ਕਿ ਪੰਜਾਬ ਦੇ ਭਾਜਪਾ ਲੀਡਰਾਂ ਨੂੰ ਚਾਹੀਦਾ ਵੀ ਉਹ ਸਾ ਕੇਂਦਰ ਦੀ ਜਿਹੜੀ ਲੀਡਰਸ਼ਿਪ ਆ ਭਾਜਪਾ ਦੀ ਲੀਡਰਸ਼ਿਪ ਆ ਉਹਦੇ ਉੱਪਰ ਦਵਾ ਵੇ ਬੀਓ ਤੁਸੀਂ ਮਹਾਰਾਜ ਸੁਣੋ ਗੱਲ ਕਿਸਾਨਾਂ ਦੀ ਕੀ ਆ ਜਿਵੇਂ ਹੁਣ ਉਹਨਾਂ ਨੇ ਅਨਿਲ ਜੋਸ਼ੀ ਉਹਨਾਂ ਨੇ ਪਾਇਆ ਜਾਂ ਕੋਈ ਹੋਰ ਵੀ ਬੰਦੇ ਨੇ ਜਿਨ੍ਹਾਂ ਨੇ ਆਪਣੇ ਆਉਧਿਆਂ ਤੋਂ ਸਿਫੇ ਦੇ ਦਿੱਤੇ ਨੇ ਸੋ ਚੱਕਰ ਤਾਂ ਇਹੇ ਹੈਗਾ ਪਰ ਹੁਣ ਤੋਮਰ ਸਾਹਿਬ ਦਾ ਵੀ ਅਸੀਂ ਰੱਦ ਨਹੀਂ ਕਰ ਰਹੇ ਕਦੋਂ ਮਰਜੀ ਆਓ ਹਾਲਾਂਕਿ ਇਹ 6 ਮਹੀਨੇ ਹੋ ਗਏ ਸਾਨੂੰ ਪਤਾ ਵੀ 11 ਦੌਰਾਂ ਦੀ ਜਿਹੜੀ ਹੈਗੀ ਗੱਲਬਾਤ ਚੱਲ ਚੁੱਕੀ ਆ ਤੇ ਹੁਣ ਫੇਰ ਗੱਲਬਾਤ ਤਾਂਹੀਂ ਚੱਲੂਗੀ ਇਹ ਕਿਸਾਨਾਂ ਨੇ ਤਾਂ ਸ਼ੰਕੇ ਕੀਤੇ ਨੇ ਵੀ ਇਹ ਬਿਲਕੁਲ ਹੀ ਜਿਹੜੇ ਹੈਗੇ ਆ ਇਹ ਸਾਨੂੰ ਜਿਹੜੇ ਹੈਗੇ ਜਿਵੇਂ ਤੁਸੀਂ ਕਿਹਾ ਮਵਾਲੀ ਦੱਸਦੇ ਆ ਕਦੇ ਅੱਤਵਾਦੀ ਦੱਸਦੇ ਆ ਕਦੇ ਉਹਨਾਂ ਨੂੰ ਖਾਲਿਸਤਾਨੀ ਦੱਸਦੇ ਆ ਕਦੇ ਉਹਨਾਂ ਨੂੰ ਅਰਬਨ ਮੌਵਾਦੀ ਕਹਿੰਦੇ ਆ ਇਸ ਤਰ੍ਹਾਂ ਦੇਖੋ ਬਹੁਤ ਸਾਰਾ ਕੁਝ ਕੀਤਾ ਗਿਆ ਇਸ ਕਿਸਾਨੀ ਅੰਦੋਲਨ ਨੂੰ ਤਾਰੂ ਪੀੜ ਕਰਨ ਦੇ ਲਈ ਸਾਨੂੰ ਪਤਾ ਹੈਗਾ ਪਰ ਕਿਸਾਨ ਜਿਹੜੇ ਹੈਗੇ ਉਹ ਪੀਸਫੁਲੀ ਰਹਿ ਕੇ ਹੁਣ ਦੇਖੋ ਜਿੰਨੇ ਕਿਸਾਨੀ ਸੰਸਦ ਜਿਹੜੀ ਚਲਾ ਰਹੇ ਨੇ 200 ਬੰਦੇ ਜਿਹੜੇ ਜਾਂਦੇ ਆ ਬਿਲਕੁਲ ਆਪਣੇ ਅਨੁਸ਼ਾਸਨ ਦੇ ਵਿੱਚ ਪੀਸਫੁਲੀ ਜਿਹੜਾ ਹੈਗਾ ਸਾਰਾ ਕੁਝ ਦਿਆ ਹਾਲਾਂਕਿ ਉੱਥੇ ਹਜ਼ਾਰਾਂ ਹੀ ਬੰਦਾ ਜਿਹੜਾ ਹੈਗਾ ਸਕਿਉਰਿਟੀ ਤੇ ਲਾਇਆ ਹੋਇਆ ਮੈਂ ਨੂੰ ਤਾਂ ਇਹ ਵੀ ਮੈਂ ਤਾਂ ਹੁਣ ਵੀ ਕਹਾਗਾ ਵੀ ਪ੍ਰਧਾਨ ਮੰਤਰੀ ਸਾਡੇ ਖੇਤੀਬਾੜੀ ਮੰਤਰੀ ਤੇ ਹੋਰ ਇੱਕ ਦੇ ਮੰਤਰੀ ਨੂੰ ਨਾਂ ਲੈ ਕੇ ਪ੍ਰਧਾਨ ਮੰਤਰੀ ਚੁੱਪਚਾਪ ਜਿਹੜੇ ਕਿਸਾਨਾਂ ਦੀ ਸੰਸਦ ਦੇ ਵਿੱਚ ਚਲੇ ਜਾਣ ਉਹਨਾਂ ਨੂੰ ਕਹਿਣ ਭਾਈ ਆਹ ਦੇਖੋ ਤੁਹਾਡੇ ਕਰ ਲਏ ਅਸੀਂ ਗੱਲ 1 ਮਿੰਟ 5 ਮਿੰਟਾਂ ਦੇ ਵਿੱਚ ਮਾਮਲਾ ਇਹ ਖਤਮ ਹੋ ਸਕਦਾ ਤੇ ਉਦੋਂ ਬਾਅਦ ਆਪਣੀ ਤਿਆਰੀ ਕਰ ਲੈਣ ਇਲੈਕਸ਼ਨ ਦੀ ਕਿ ਲੋਕ ਤਾਂ ਸਾਡੇ ਜਿਹੜੇ ਕਿਸਾਨ ਨੇ ਜਾਂ ਪੰਜਾਬੀ ਨੇ ਉਹ ਤਾਂ ਇੰਨੇ ਵੱਡੇ ਉਹਨਾਂ ਦਾ ਦਿਲ ਆ ਉਹ ਤਾਂ 1 ਮਿੰਟ ਦੇ ਵਿੱਚ ਮਾਫ ਕਰ ਦਿੰਦੇ ਆ ਬਿਲਕੁਲ ਸੋ ਲਗਾਤਾਰ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਨਸੀਹਤਾਂ ਸਲਾਹਾਂ ਤਾਂ ਮਾਹਿਰਾਂ ਦੇ ਵੱਲੋਂ ਬਹੁਤ ਦਿੱਤੀਆਂ ਜਾ ਰਹੀਆਂ ਨੇ ਪਰ ਕੇਂਦਰ ਸਰਕਾਰ ਦੇ ਕੰਨ ਤੇ ਯੂ ਵੀ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਇਸੇ ਦੇ ਵਿੱਚ ਦੁਗਲ ਸਭ 26 ਜਨਵਰੀ ਨੂੰ ਜੋ ਲਾਲ ਕਿਲੇ ਦੇ ਉੱਪਰ ਘਟਨਾਕ੍ਰਮ ਵਾਪਰਿਆ 26 ਜਨਵਰੀ ਨੂੰ ਜੋ ਪਰੇਡ ਕਿਸਾਨਾਂ ਵੱਲੋਂ ਕੀਤੀ ਗਈ ਉਸ ਦੀ ਚਰਚਾ ਘੱਟ ਹੋਈ ਪਰ ਇੱਕ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਗੋਦੀ ਮੀਡੀਆ ਦੇ ਵੱਲੋਂ ਜੋ ਲਗਾਤਾਰ ਕਿਹਾ ਗਿਆ ਕਿ ਹਿੰਸਾ ਹੋਈ ਹੈ ਪਰ ਕਿਸਾਨਾਂ ਦਾ ਦੋਸ਼ ਹੈ ਕਿ ਇਹ ਹਿੰਸਾ ਦੇ ਮਗਰ ਵੀ ਸਰਕਾਰ ਦੀ ਹੀ ਸਾਜ਼ਿਸ਼ ਸੀ ਸੋ 26 ਜਨਵਰੀ ਨੂੰ ਜੋ ਕੁਝ ਹੋਇਆ ਉਸ ਨੇ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਨੂੰ ਢਾਹ ਲਗਾਈ ਹੁਣ ਆ ਰਹੀ ਹੈ 15 ਅਗਸਤ ਹਰਿਆਣੇ ਦੇ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 15 ਅਗਸਤ ਦੇ ਮੌਕੇ ਦੇ ਉੱਪਰ ਟਰੈਕਟਰ ਮਾਰਚ ਕੀਤਾ ਜਾਏਗਾ ਇਸੇ ਦੇ ਨਾਲ ਕਿਸੇ ਵੀ ਮੰਤਰੀ ਨੂੰ ਤਿਰੰਗਾ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਏਗਾ ਜੋ ਸਰਕਾਰਾਂ ਨੇ ਕੇਂਦਰ ਸਰਕਾਰ ਹੈ ਉਹ ਤਾਂ ਪਹਿਲਾਂ ਹੀ ਇਸ ਮੁੱਦੇ ਦੇ ਉੱਪਰ ਕਿਸਾਨਾਂ ਨੂੰ ਘਿਰ ਰਹੀਆਂ ਨੇ ਕਿ ਇਹ ਤਾਂ ਦੇਸ਼ ਵਿਰੋਧੀ ਤਾਕਤਾਂ ਬੈਠੀਆਂ ਨੇ ਇਹ ਝੰਡੇ ਦਾ ਅਪਮਾਨ ਕਰਦੇ ਨੇ ਜਦਕਿ ਕਿਸਾਨਾਂ ਦਾ ਅਜਿਹਾ ਕੋਈ ਮਕਸਦ ਨਹੀਂ ਹੈ ਪਰ ਹੁਣ ਲੱਗਦਾ ਨਹੀਂ ਕਿ ਜੋ 7-8 ਮਹੀਨੇ ਦਾ ਵਕਫਾ ਪਾਇਆ ਗਿਆ ਹੈ 26 ਜਨਵਰੀ ਤੋਂ ਬਾਅਦ 15 ਅਗਸਤ ਇੱਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਲਈ ਵੱਡੀ ਚੁਣੌਤੀ ਹੋਏਗੀ ਜੇਕਰ ਉਸ ਦਿਨ ਕੋਈ ਵੱਡੀ ਕਾਰਗੁਜ਼ਾਰੀ ਹੋ ਜਾਂਦੀ ਹੈ ਅਜਿਹੀ ਕੁਝ ਗਤੀਵਿਧੀ ਹੋ ਜਾਂਦੀ ਹੈ ਤਾਂ ਦੇਖੋ ਜਿਹੜੀ 26 ਜਨਵਰੀ ਵਾਲੀ ਘਟਨਾ ਸੀ ਉਹ ਮੀਡੀਆ ਦੇ ਰਾਹੀਂ ਜਿਵੇਂ ਤੁਸੀਂ ਗੋਦੀ ਮੀਡੀਆ ਕਿਹਾ ਉਹਦੇ ਰਾਹੀਂ ਕਾਫੀ ਨੂੰ ਜਿਹੜਾ ਹੈ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਲੋਕ ਬਹੁਤ ਸਿਆਣੇ ਹੋ ਗਏ ਲੋਕਾਂ ਦੇ ਜਿਹੜੇ ਲੋਕਾਂ ਦੇ ਲੀਡਰਾਂ ਦੇ ਜਿਹੜੇ ਬਿਆਨ ਆਏ ਉਹ ਕਹਿੰਦੇ ਵੀ ਐਵੇਂ ਕਿਸਾਨ ਪਹੁੰਚ ਕਿਵੇਂਗੇ ਉੱਥੇ ਤਾਂ ਮੱਖੀ ਦੀ ਜਿਹੜਾ ਗੇੜਾ ਕਰ ਸਕਦੀ ਕਿਉਂਕਿ ਉਹਨਾਂ ਨੂੰ ਜੇ ਭਜਾਇਆ ਗਿਆ ਤਾਂ ਹੀ ਆ ਵੀ ਉਹ ਬੰਦੇ ਵੀ ਕਿਹਨਾਂ ਦੇ ਸੀ ਇਸ ਤਰ੍ਹਾਂ ਕਰਕੇ ਨਾ ਉਹ ਤਾਂ ਗੱਲ ਹੋ ਗਈ ਫੇਲ ਕਿਉਂਕਿ ਨਾ ਹੀ ਲੋਕਾਂ ਨੇ ਕਿਸਾਨਾਂ ਨੂੰ ਕਿ ਅਤਵਾਦੀ ਕਿਹਾ ਨਾ ਹੀ ਉਹਨਾਂ ਨੂੰ ਕਲਸ਼ਤਾਨੀ ਕਿਹਾ ਨਾ ਹੀ ਉਹਨਾਂ ਨੂੰ ਦੇਸ਼ ਵਿਰੋਧੀ ਦਾ ਉਹਨਾਂ ਦੇ ਉੱਪਰ ਟੈਗ ਲਾ ਸਕਦੇ ਨੇ ਹੁਣ ਦੇਖੋ ਹਰਿਆਣੇ ਦੇ ਵਿੱਚ ਕੀ ਆ ਹਰਿਆਣੇ ਇਹਨਾਂ ਨੇ ਕਿਸਾਨਾਂ ਨੇ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਸਟੇਜ ਨਹੀਂ ਦਿੱਤੀ ਕੱਲ ਦੇਖੋ ਜਿਹੜੇ ਸਾਬਕਾ ਮੁੱਖ ਮੰਤਰੀ ਹਰਿਆਣੇ ਦੇ ਕੱਲ ਉਹ ਜੀਨ ਚੰਡੀਗੜ੍ਹ ਰੋਡ ਦੇ ਉੱਪਰ ਇੱਕ ਟੂਲ ਪਲਾਜ਼ਾ ਦੇ ਉੱਪਰ ਗਏ ਉੱਥੇ ਵੀ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਮਾਈਕ ਨਹੀਂ ਦਿੱਤਾ ਉਹਨਾਂ ਨੇ ਕਿਹਾ ਵੀ ਨਹੀਂ ਜੀ ਮਾਈਕ ਸਾਡੀ ਜਿਹੜੀ ਸਾਨੂੰ ਆਰਡਰ ਨੇ ਵੀ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਅਸੀਂ ਅਜੇ ਮਾਈਕ ਨਹੀਂ ਦੇਣਾ ਹਾਂ ਸਾਨੂੰ ਕੋਈ ਆਰਡਰ ਆਉਣਗੇ ਤਾਂ ਦੇਵਾਂਗੇ ਹੁਣ ਉਹਨਾਂ ਨੇ ਕੱਲ ਐਲਾਨ ਕੀਤਾ ਵੀ 15 ਅਗਸਤ ਨੂੰ ਜਿਹੜੇ ਹੈਗਾ ਵੀ ਅਸੀਂ ਕਿਸੇ ਵੀ ਭਾਜਪਾ ਦੇ ਲੀਡਰ ਨੂੰ ਹਰਿਆਣਾ ਕਿਉਂਕਿ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਆ ਵੀ ਅਸੀਂ ਕਿਸੇ ਵੀ ਲੀਡਰ ਨੂੰ ਜਿਹੜਾ ਝੰਡਾ ਲਹਿਰਾਉਣ ਨਹੀਂ ਦੇਣਾ ਉਹਨਾਂ ਵਿੱਚ ਅਸੀਂ ਸ਼ਾਂਤੀਪੂਰਵਕ ਰਹਿ ਕੇ ਜਿਹੜਾ ਹੈਗਾ ਉਹਨਾਂ ਦਾ ਵਿਰੋਧ ਕਰਾਂਗੇ ਤੇ ਇਸ ਤਰ੍ਹਾਂ ਅਸੀਂ ਇੱਕ ਟਰੈ ਚ ਜਿਹੜਾ ਕੱਢਾਂਗੇ ਕਿਉਂਕਿ ਦੇਖੋ ਦਿੱਲੀ ਦੇ ਵਿੱਚ ਵੀ ਜਿਹੜਾ ਟ੍ਰੈਕਟਰ ਮਾਰਚ 26 ਜਨਵਰੀ ਨੂੰ ਇਹਨਾਂ ਨੂੰ ਟ੍ਰੈਕਟਰ ਜਾਣਬੁੱਝ ਕੇ ਉਹਨਾਂ ਨੂੰ ਰਸਤਾ ਦਿੱਤਾ ਗਿਆ ਇਸੇ ਤਰ੍ਹਾਂ ਹੁਣ ਸਾਰੇ ਹਰਿਆਣੇ ਦੇ ਵਿੱਚ ਅੱਗੇ ਵੀ ਅਸੀਂ ਦੇਖਿਆ ਹੈਗਾ ਬਹੁਤ ਥਾਵਾਂ ਦੇ ਉੱਪਰ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਸਾਹਿਬ ਉਹਨਾਂ ਦਾ ਵੀ ਵਿਰੋਧ ਕੀਤਾ ਗਿਆ ਉਪ ਮੁੱਖ ਮੰਤਰੀ ਦਾ ਵੀ ਜਿਹੜਾ ਹੈਗਾ ਕਾਫੀ ਤਾਂ ਵਿਰੋਧ ਕੀਤਾ ਗਿਆ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹਨਾਂ ਦਾ ਘਰਾਓ ਕੀਤਾ ਗਿਆ ਸੋ ਪਤਾ ਤਾਂ ਹੈਗਾ ਹੁਣ ਦੇਖੋ ਇਹਨਾਂ ਨੇ ਸਰਸੇ ਦੇ ਵਿੱਚ ਜਿਹੜੇ ਕਿਸਾਨਾਂ ਦੇ ਉੱਪਰ ਦੇਸ਼ ਧਰੋ ਹੰਜੇ ਕਿਸਾਨ ਜਿਹੜੇ ਕਿਤੇ ਸੀ ਉਹ ਸਾਰੇ ਉਹਨਾਂ ਨੇ ਵਾਪਸ ਲੈਨੇ ਪਏ ਕਿਉਂਕਿ ਕਿਸਾਨਾਂ ਦਾ ਰੂਹ ਹੀ ਇੰਨਾ ਜਿਹੜਾ ਹੈਗਾ ਕਿਉਂਕਿ ਹੁਣ ਦੇਖੋ ਇਹ ਤਾਂ ਹੈ ਨਹੀਂਗਾ ਵੀ ਕਿਸਾਨਾਂ ਦੀਆਂ ਬੂਟਾਂ ਤੋਂ ਬਗੈਰ ਇਹ ਸਾਰੇ ਜਿੱਤ ਜਾਣਗੇ ਨਾ ਕੋਈ ਵੀ ਪਾਰਟੀ ਜਿਹੜੀ ਹੈਗੇ ਜੇ ਆਪਾਂ ਕਹੀਏ ਵੀ ਕਿਸਾਨਾਂ ਨੂੰ ਇਗਨੋਰ ਕਰਦੀ ਏ ਕਿਉਂਕਿ 60% ਲੋਕ ਤਾਂ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਰਹਿੰਦੇ ਆ ਜੇ ਪਿੰਡਾਂ ਦੇ ਲੋਕਾਂ ਨੂੰ ਕਿਸਾਨਾਂ ਨੂੰ ਜਿਨ੍ਹਾਂ ਨੂੰ ਅਸੀਂ ਅੰਨਦਾਤਾ ਕਹਿੰਦੇ ਆ ਉਹਨਾਂ ਨੂੰ ਤੁਸੀਂ ਬਿਲਕੁਲ ਇਗਨੋਰ ਕਰ ਦੋਗੇ ਬਿਲਕੁਲ ਜਿਹੜਾ ਹੈਗਾ ਇਸ ਤਰ੍ਹਾਂ ਕਰ ਦੋਗੇ ਤਾਂ ਵੋਟਾਂ ਕਿੱਥੋਂ ਲੈ ਲਓਗੇ ਤੁਸੀਂ ਸੋ ਕਿਸਾਨਾਂ ਦੀ ਹੁਣ ਪੱਛਮੀ ਬੰਗਾਲ ਦੇ ਵਿੱਚ ਅਸੀਂ ਹਾਲ ਦੇਖਿਆ ਹੀ ਆ ਹੁਣ ਦੇਖੋ ਪੱਛਮੀ ਬੰਗਾਲ ਦੇ ਵਿੱਚ ਕੀ ਹੋਇਆ ਸਾਨੂੰ ਪਤਾ ਹੀ ਆ ਭਾਜਪਾ ਵੀ ਇਹ ਗੱਲ ਤਾਂ ਸਮਝਦੀ ਆ ਇਹਦੇ ਲੀਡਰ ਸਮਝਦੇ ਨੇ ਪਰ ਉਹ ਹੁਣ ਥੋੜਾ ਜਿਹਾ ਬਦਕੇ ਵੀ ਜੇ ਉਹ ਵਾਪਸ ਹੁਸ ਲੈਂਦੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਕਿਤੇ ਸਾਡੀ ਠੇਸੀ ਨਾ ਇਸ ਤਰ੍ਹਾਂ ਨਾ ਹੋ ਜੇ ਵੀ ਸਾਨੂੰ ਬਾਕੀ ਕਾਨੂੰਨ ਵੀ ਜਿਹੜੇ ਹੈਗੇ ਕਿਤੇ ਉਹ ਵੀ ਨਾ ਵਾਪਸ ਲੈਣੇ ਪੈ ਜਾਣ ਸੋ ਰੀਡ ਕਾ ਇੱਥੇ ਡਿਆ ਹੋਇਆ ਬਿਲਕੁਲ ਸੋ 26 ਜਨਵਰੀ ਤੋਂ ਬਾਅਦ 15 ਅਗਸਤ ਦੀ ਨਵੀਂ ਰਣਨੀਤੀ ਕਿਸਾਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਲਿਖੀ ਜਾਏਗੀ ਪਰ ਹਾਂ ਜੋ ਲੰਬੇ ਸਮੇਂ ਤੋਂ ਚੁੱਪੀ ਚੱਲ ਰਹੀ ਹੈ ਜੋ ਲੰਬੇ ਸਮੇਂ ਤੋਂ ਇੱਕ ਸ਼ਾਂਤੀ ਦਾ ਮਾਹੌਲ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਤੇ ਕਿਸਾਨ ਆਗੂਆਂ ਨੂੰ ਇਸ ਦੇ ਵਿੱਚ ਸਾਜ਼ਿਸ਼ ਦੀ ਬੂ ਆ ਰਹੀ ਹੈ ਉੱਥੇ ਹੀ ਹੁਣ ਆਉਣ ਵਾਲੇ ਸਮੇ ਸੋ ਇਸੇ ਦੇ ਵਿੱਚ ਪੰਜਾਬ ਦੀ ਗੱਲ ਕਰ ਲੈਣੇ ਆ ਤੇ ਦੁਗਲ ਸਾਹਿਬ ਬੀਤੇ ਦਿਨੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣਿਆ ਹੈ ਉਹਨਾਂ ਦੇ ਪ੍ਰਤੀ ਵੀ ਹੁਣ ਕਿਸਾਨਾਂ ਦਾ ਗੁੱਸਾ ਵੱਧ ਚੁੱਕਾ ਹੈ ਕਿਉਂਕਿ ਜਿੱਥੇ ਪਹਿਲਾਂ ਗੱਲ ਕਿਸਾਨਾਂ ਦੀ ਲੈ ਕੇ ਲੋਕ ਸੁਰਖੀਆਂ ਵਿੱਚ ਆਉਂਦੇ ਨੇ ਨੇਤਾ ਮੰਤਰੀ ਸੁਰਖੀਆਂ ਚਾਉਂਦੇ ਨੇ ਉਹ ਥੋੜਾ ਜਿਹਾ ਉਹਦਾ ਮਿਲਦੇ ਹੀ ਕਿਸਾਨਾਂ ਦੇ ਥੋੜੀ ਜੀ ਖਿਲਾਫਤ ਕਰਨੀ ਸ਼ੁਰੂ ਕਰ ਦਿੰਦੇ ਨੇ ਬਿਆਨ ਸਾਹਮਣੇ ਆਇਆ ਜੀ ਜੋ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਸੀ ਕਿਸਾਨਾਂ ਦੇ ਮੁੱਦੇ ਦੇ ਉੱਪਰ ਕਿ ਪਿਆਸਾ ਖੂਹ ਦੇ ਕੋਲ ਜਾਂਦਾ ਹੈ ਖੂਹ ਪਿਆਸੇ ਦੇ ਕੋਲ ਨਹੀਂ ਜਾਂਦਾ ਤੇ ਕਿਸਾਨਾਂ ਦਾ ਕ ਕੀ ਪਿਆਸਾ ਸਿੱਧੂ ਐ ਨਾ ਕਿ ਕਿਸਾਨ ਤੇ ਇਸ ਤੋਂ ਬਾਅਦ ਜਦੋਂ ਲਗਾਤਾਰ ਵਿਰੋਧ ਹੋਣ ਲੱਗਾ ਤੇ ਸਿੱਧੂ ਹੋਰਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਕੀ ਗੱਲ ਹੋ ਗਈ ਕਿ ਕਿਸਾਨਾਂ ਦੇ ਬਾਰੇ ਦੇ ਵਿੱਚ ਕਿਸਾਨਾਂ ਦੇ ਬਾਰੇ ਦੇ ਵਿੱਚ ਗੱਜਣ ਵਾਲੇ ਸਿੱਧੂ ਇੱਕਦਮ ਕਿਸਾਨਾਂ ਨੂੰ ਪਿਆਸਾ ਕਹਿ ਕੇ ਆਪਣੇ ਕੋਲ ਬੁਲਾਉਂਦਿਆਂ ਗੱਲਾਂ ਕਰਨ ਲੱਗ ਗਏ ਦੇਖੋ ਇਹ ਜਦੋਂ ਤਾਜਪਾਸ਼ ਪੂਛੀ ਹੋਈ ਆ ਨਾ ਚੰਡੀਗੜ੍ਹ ਦੇ ਵਿੱਚ ਤਾ ਵਾਕਈ ਹੈ ਜਿਹੜੀ ਸਟੇਟਮੈਂਟ ਉਹਨਾਂ ਨੇ ਦਿੱਤੀ ਸੀ ਉਹਨਾਂ ਦਾ ਸ਼ਾਇਦ ਕਹਿਣ ਤੋਂ ਇਹ ਮਤਲਬ ਨਹੀਂ ਸੀ ਪਰ ਹੁਣ ਉਹ ਕਿਸਾਨਾਂ ਨੇ ਮੁੱਦਾ ਚੁੱਕ ਲਿਆ ਹੁਣ ਅਸੀਂ ਦੇਖਿਆ ਵੀ ਚਮਕੌਰ ਸਾਹਿਬ ਗਏ ਨੇ ਉਹ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਵਿੱਚ ਤਾਂ ਉੱਥੇ ਫਟਾਫਟ ਜਿਹੜੇ ਹੈਗੇ ਕਿਸਾਨ ਇਕੱਠੇ ਹੋ ਗਏ ਕਿਸਾਨ ਇਕੱਠੇ ਹੋਣ ਤੇ ਜਿਹੜਾ ਹੈਗਾ ਉਹ ਪਿਛਲੇ ਗੇੜ ਤੇ ਰਹੀਂ ਜਿਹੜਾ ਹੈਗਾ ਸਿੱਧੂ ਸਾਹਿਬ ਨੂੰ ਨਿਕਲਣਾ ਪਿਆ ਨਾਲ ਉਹਨਾਂ ਦੇ ਚੰਨੀ ਸਾਹਿਬ ਜੀ ਦੇ ਨਾਲ ਕੁਲਜੀਤ ਨਾਗਰਾ ਸੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਨੇ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਉਹਨਾਂ ਨੇ ਚੰਨੀ ਸਾਹਿਬ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਆ ਉਹਤੋਂ ਨੇ ਐਸਐਸਪੀ ਨੂੰ ਵੀ ਰੋਪੜ ਦੇ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਆ ਤੇ 45 ਕਿਸਾਨਾਂ ਦੇ ਵਿਰੁੱਧ ਜਿਹੜੇ ਹੇਗਾ ਉਹ ਕੇਸ ਵੀ ਦਰਜ ਕੀਤੇ ਗਏ ਨੇ ਤੇ ਚੰਨੀ ਉਹਨਾਂ ਦਾ ਤਾਂ ਇਹ ਕਹਿਣਾ ਹੈਗਾ ਵੀ ਇਹ ਕਿਸਾਨ ਨਹੀਂ ਹੈਗੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਪਰ ਪਤਾ ਲੱਗਿਆ ਵੀ ਉਹ ਸਾਰੇ ਕੀਰਤੀ ਕਿਸਾਨ ਯੂਨੀਅਨ ਦੇ ਨਾਲ ਕੁਲਵੰਤ ਸਿੰਘ ਸੈਣੀ ਇੱਕ ਉਹਨਾਂ ਦੇ ਲੀਡਰ ਹੈਗੇ ਆ ਉਹ ਨੇ ਤੇ 40 45 ਦੇ ਅਣਪਛਾਤੇ ਬੰਦਿਆਂ ਦੇ ਉੱਪਰ ਵੀ ਜਿਹੜਾ ਹੈਗਾ ਇਹਨਾਂ ਨੇ ਕੇਸ ਦਰਜ ਕਰਵਾਏ ਨੇ ਦੇਖੋ ਇਸ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਆ ਹੁਣ ਉਹ ਕਿਸਾਨ ਕਹਿੰਦੇ ਵੀ ਸਿੱਧੂ ਕਿਸ ਹیثیت ਦੇ ਵਿੱਚ ਕਹਿ ਰਿਹਾ ਪ੍ਰਧਾਨ ਕੋਲੇ ਤਾਂ ਕੋਈ ਕਨਸਟੀਟਿਊਸ਼ਨਲ ਪਾਵਰਜ਼ ਹੀ ਨਹੀਂ ਹੁੰਦੀਆਂ ਪਰ ਇਹ ਤਾਂ ਹੋ ਸਕਦਾ ਮੁੱਖ ਮੰਤਰੀ ਕਹੇ ਤਾਂ ਸਭ ਕੁਝ ਹੋ ਜਾਂਦਾ ਆ ਤੇ ਇਸ ਕਰਕੇ ਜਿਹੜਾ ਥਾਂ ਥਾਂ ਦੇ ਕੱਲ ਜਲੰਧਰ ਦੇ ਵਿੱਚ ਵੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਿਸਾਨਾਂ ਵੱਲੋਂ ਅਸੀਂ ਚਮਕੌਰ ਸਾਹਿਬ ਦੇ ਵਿੱਚ ਦੇਖਿਆ ਸੀ ਰੋਪੜ ਦੇ ਵਿੱਚ ਦੇਖਿਆ ਅਸੀਂ ਮੋਰਿੰਡੇ ਦੇ ਵਿੱਚ ਦੇਖਿਆ ਜਿੱਥੇ ਵੀ ਜਾਂਦੇ ਆ ਪਰ ਨਾਲ ਹੀ ਹੁਣ ਸਿੱਧੂ ਸਾਹਿਬ ਦਾ ਬਿਆਨ ਕੀ ਆਇਆ ਵੀ ਮੈਂ ਕਿਸਾਨਾਂ ਦੇ ਨੰਗੇ ਪੈਰੀ ਵੀ ਜੇ ਮੈਨੂੰ ਕਿਸਾਨ ਬੁਲਾਉਣਗੇ ਤਾਂ ਮੈਂ ਨੰਗੇ ਪੈਰੀ ਵੀ ਕਿਸਾਨਾਂ ਨਾਲ ਜਾਣ ਨੂੰ ਤਿਆਰ ਆ ਤੇ ਕਿਸਾਨਾਂ ਦੇ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਵਾਪਸ ਹੋਣੇ ਚਾਹੀਦੇ ਆ ਇਹ ਇਸ ਤਰ੍ਹਾਂ ਦਾ ਬਿਆਨ ਵੀ ਉਹਨਾਂ ਨੇ ਉਦੋਂ ਬਾਅਦ ਦਿੱਤਾ ਹਰ ਜਿਹੜਾ ਹੈਗਾ ਵੀ ਇੱਕ ਵਾਰੀ ਜਿਵੇਂ ਕਹਿੰਦੇ ਆ ਵੀ ਜਿਹੜੇ ਸ਼ਬਦ ਨੇ ਮੂੰਹ ਚੋਂ ਨਿਕਲ ਜਾਂਦੇ ਆ ਤਾਂ ਉਹ ਕਾਫੀ ਕਾਫੀ ਦੇਰ ਜਿਹੜੇ ਇਹ ਕਹਿਣਾ ਨਹੀਂ ਛੱਡਦੇ ਤੇ ਇਸ ਤਰ੍ਹਾਂ ਕਰਕੇ ਵਿਰੋਧੀ ਪਾਰਟੀਆਂ ਵੀ ਥੋੜਾ ਜਿਹਾ ਇਹ ਚੱਕ ਲੈਂਦੀਆਂ ਨੇ ਸੋ ਉਹਨਾਂ ਦਾ ਸ਼ਾਇਦ ਮਤਲਬ ਕਹਿਣ ਦਾ ਇਹ ਨਹੀਂ ਸੀ ਕਿਉਂਕਿ ਉਹ ਤਾਂ ਕਿਸਾਨਾਂ ਨੂੰ ਤੋਂ ਕਿਸਾਨਾਂ ਤੋਂ ਬਗੈਰ ਤਾਂ ਕੋਈ ਵੀ ਪਾਰਟੀ ਜਿਹੜੀ ਹੈਗੀ ਆ ਉਹ ਚੱਲ ਨਹੀਂ ਸਕਦੀ ਮੈਂ ਅੱਗੇ ਵੀ ਕਿਹਾ ਕਿਸਾਨਾਂ ਦੀਆਂ ਵੋਟਾਂ ਦਾ ਕਿਸਾਨਾਂ ਦੀ ਨੇ ਕਿਉਂਕਿ ਜੇ ਤੁਸੀਂ ਕਿਸਾਨਾਂ ਨੂੰ ਇਗਨੋਰ ਕਰ ਦੋਗੇ ਤਾਂ ਉਹਨਾਂ ਦੇ ਵੋਟਾਂ ਕਿੱਥੋਂ ਲਓਗੇ ਇਹ ਤਾਂ ਹੈ ਨਹੀਂਗਾ ਵੀ ਤੁਸੀਂ 2-4 10% ਵੋਟਾਂ ਦੇ ਨਾਲ ਆਪਣੀ ਸਰਕਾਰ ਬਣਾ ਜਾਓਗੇ ਬਿਲਕੁਲ ਸੋ ਕਹਿੰਦੇ ਵੀ ਨੇ ਕਿ ਇਹੀ ਜਵਾਨ ਰਾਜ ਕਰਾਵੇ ਇਹੀ ਜਵਾਨ ਫਿਰ ਜਦੋਂ ਗਾਲਾਂ ਗੁਲਾਂ ਵੀ ਪਵਾ ਦਿੰਦੀ ਹੈ ਤੇ ਬਿਬਾਕ ਜੋ ਟਿੱਪਣੀਆਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਤੇ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਤੇ ਭਾਵੇਂ ਹੋਰ ਨਤਾਵਾਂ ਨੂੰ ਮੰਨ ਚ ਜਾ ਸ਼ਮੂਲੀਅਤ ਦੀ ਇਜਾਜ਼ਤ ਨਹੀਂ ਸੀ ਪਰ ਸਿੱਧੂ ਜੋ ਰੂਰ ਗੱਜੇ ਸੀ ਤੇ ਕਿਸਾਨਾਂ ਨੇ ਵੀ ਹਮਾਇਤ ਕੀਤੀ ਸੀ ਪਰ ਜਦੋਂ ਪ੍ਰਧਾਨਗੀ ਦਾ ਅਹੁਦਾ ਮਿਲ ਗਿਆ ਉਸ ਤੋਂ ਬਾਅਦ ਸਿੱਧੂ ਹੋਰਾਂ ਦੀ ਜਾਂ ਜ਼बान ਫਿਸਲ ਗਈ ਜਾਂ ਜਾਣ ਬੁੱਝ ਕੇ ਫਿਸਲਾਈ ਗਈ ਹੈ ਉਸ ਦਾ ਭੁਗਤਾਨ ਹੁਣ ਸਿੱਧੂ ਖੁਦ ਹੀ ਕਰਨਗੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਗੱਜਣ ਦੇ ਨਾਲ ਨਹੀਂ ਹੁਣ ਕੁਝ ਕਰਕੇ ਵੀ ਦਿਖਾਓ ਸਮੇਂ ਦੀ ਨਜ਼ਾਕਰ ਨੂੰ ਵੇਖਦੇ ਹੋਏ ਦੁਗਲ ਸਾਹਿਬ ਜ਼ਰੂਰੀ ਖਬਰ ਇੱਕ ਖਾਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੁਖਬੀਰ ਸਿੰਘ ਬਾਦਲ ਹੜਾ ਅਕਾਲੀ ਦਲ ਪ੍ਰਧਾਨ ਹੋਣ ਰਾਦਾ ਜੋ ਬਿਆਨ ਸਾਹਮਣੇ ਹੈ ਕਿ 24 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੋ ਕੌਮੀ ਮੋਰਚਾ ਬਣਾਉਣ ਦੀ ਜ਼ਰੂਰਤ ਹੈ ਖੇਤਰੀ ਪਾਰਟੀਆਂ ਨੂੰ ਇਸ ਦਾ ਕੀ ਫਾਇਦਾ ਹੋ ਸਕਦਾ ਦੇਖੋ ਇਹ ਹੁਣ ਜਿਹੜੀ ਰਾਜਨੀਤੀ ਆ ਨਾ ਉਹ ਖੇਤਰੀ ਪਾਰਟੀਆਂ ਬਹੁਤ ਵੱਡੀ ਅਹਿਮ ਭੂਮਿਕਾ ਨਿਭਾ ਰਹੀਆਂ ਨੇ ਹੁਣ ਸੁਖਬੀਰ ਬਾਦਲ ਉਹਨਾਂ ਨੇ ਕੱਲ ਦਿੱਲੀ ਦੇ ਵਿੱਚ ਜਿਹੜਾ ਹੈਗਾ ਇਹ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ ਜਿਵੇਂ ਹੁਣ ਪੰਜਾਬ ਦੇ ਵਿੱਚ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਆਪਾਂ ਬੰਗਾਲ ਦੇ ਵਿੱਚ TMC ਦੀ ਗੱਲ ਕਰ ਲਈਏ TRC ਦੀ ਗੱਲ ਕਰ ਲਈਏ TRS ਦੀ ਗੱਲ ਕਰ ਲਈਏ ਤੇ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਰਲ ਕੇ ਵੱਡਾ ਇੱਕ ਕੌਮੀ ਮੋਰਚਾ ਜਿਹੜਾ ਖੇਤਰੀ ਪਾਰਟੀਆਂ ਦਾ ਬਣ ਜੇ ਤਾਂ ਇਹ ਜਿਹੜਾ ਹੈਗਾ ਭਾਜਪਾ ਦੇ ਜੇਤੂ ਰਾਤ ਰਾਸ ਨੂੰ ਜਿਹੜਾ ਹੈਗਾ ਰੋਕ ਸਕਣ ਦੇ ਸਮਰਥ ਹੋ ਸਕਦੀਆਂ ਨੇ ਇਸ ਤਰ੍ਹਾਂ ਦਾ ਉਹਨਾਂ ਦਾ ਬਿਆਨ ਆ ਉਹਨਾਂ ਨੇ ਕਿਹਾ ਵੀ ਜਿਹੜੀ ਕਾਂਗਰਸ ਤਾਂ ਹੁਣ ਕੋਈ ਸਰਵ ਵੱਡੀ ਪਾਰਟੀ ਨਹੀਂ ਗਈ ਕਿਉਂਕਿ ਸਾਨੂੰ ਪਤਾ ਹੈ ਕਾਂਗਰਸ ਦਾ ਤਾਂ ਜਿਹੜਾ ਆਧਾਰ ਆ ਉਹ ਹੁਣ ਤਿੰਨ ਕੁ ਸਟੇਟਾਂ ਦੇ ਵਿੱਚ ਹੀ ਆ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਉਹਦੀ ਗਵਰਨਮੈਂਟ ਨਹੀਂ ਹੈਗੀ ਅਸੀਂ ਪੰਜਾਬ ਦੇਖ ਲਓ ਰਾਜਸਥਾਨ ਦੇਖ ਲਓ ਜਾਂ ਛੱਤੀਸਗੜ ਦੇਖ ਲਓ ਤਿੰਨਾਂ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਕੋਈ ਆਧਾਰ ਨਹੀਂ ਹੈਗਾ ਇਹ ਉਹਨਾਂ ਨੇ ਕਿਹਾ ਹਾਲਾਂਕਿ ਦੇਖੋ ਜਿਵੇਂ ਗੱਲ ਕੀਤੀ ਆਪਾਂ ਵੀ ਟੀਐਮਸੀ ਹੁਣ ਆਪਾਂ ਡੀਐਮਕੇ ਦੀ ਗੱਲ ਕਰ ਲਈਏ ਏ ਆਈਡੀਐਮਕੇ ਦੀ ਗੱਲ ਕਰ ਲਈਏ ਜਾਂ ਜਿਹੜੀਆਂ ਆਂਧਰਾ ਪ੍ਰਦੇਸ਼ ਦੀਆਂ ਪਾਰਟੀਆਂ ਨੇ ਟੀਡੀਐ ਟੀਡੀਪੀ ਜਾਂ ਜੰਮੂ ਕਸ਼ਮੀਰ ਦੀਆਂ ਵੱਡੀਆਂ ਪਾਰਟੀਆਂ ਨੇ ਜਿਹੜੀਆਂ origignal ਪਾਰਟੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਹ ਰਲ ਕੇ ਇੱਕ ਵੱਡਾ ਜਿਹੜਾ ਹੈਗਾ ਭਾਜਪਾ ਦਾ ਬਦਲ ਬਣ ਸਕਦਾ ਉਹਨਾਂ ਨੇ ਕਿਹਾ ਵੀ ਹੁਣ ਇਹ ਤੀਜਾ ਬਦਲ ਨਹੀਂ ਹੋਊਗਾ ਵੀ ਇਹ ਦੂਜਾ ਬਦਲ ਹੋਏਗਾ ਕਿਉਂਕਿ ਉਹਨਾਂ ਨੇ ਕਾਂਗਰਸ ਨੂੰ ਵੀ ਦਰਕਨਾਰ ਕਰ ਦਿੱਤਾ ਹੁਣ ਦੇਖੋ ਇਸੇ ਸਿਲਸਿਲੇ ਦੇ ਵਿੱਚ ਜਿਹੜੀ ਹੈਗੀ ਆ ਬੰਗਾਲ ਦੀਪ ਮੁੱਖ ਮੰਤਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਅੱਜ ਦਿੱਲੀ ਦੇ ਵਿੱਚ ਆ ਰਹੇ ਨੇ ਹੋ ਸਕਦਾ ਉਹ ਸਾਰੀਆਂ ਰੀਜਨਲ ਪਾਰਟੀਆਂ ਦੇ ਜਿਹੜੇ ਲੋਕਾਂ ਨੂੰ ਮਿਲਣ ਉਹਨਾਂ ਦਾ ਪ੍ਰੋਗਰਾਮ ਹੈਗਾ ਨਰਿੰਦਰ ਮੋਦੀ ਨੂੰ ਮਿਲਣ ਦਾ ਵੀ ਪ੍ਰੋਗਰਾਮ ਹੈਗਾ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਸੋਨੀਆ ਗਾਂਧੀ ਨੂੰ ਵੀ ਮਿਲਣ ਦਾ ਹੈਗਾ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੁਣ ਸੁਖੀਰ ਬਾਦਲ ਨੇ ਜਿਵੇਂ ਕੱਲ ਸਟੇਟਮੈਂਟ ਦਿੱਤੀ ਆ ਹੋ ਸਕਦਾ ਉਹ ਟੀਐਮਸੀ ਦੇ ਉਹਨਾਂ ਨੂੰ ਵੀ ਮਿਲਣ ਸੋ ਇਸ ਤਰ੍ਹਾਂ ਕਰਕੇ ਇੱਕ ਹਮਲਾ ਜੇ ਇਸ ਤਰ੍ਹਾਂ ਦਾ ਮਾਰਿਆ ਜਾਂਦਾ ਤਾਂ ਭਾਜਪਾ ਨੂੰ ਥੋੜਾ ਜਿਆਦਾ ਸਬਕ ਮਿਲ ਸਕਦਾ ਕਿਉਂਕਿ ਉਹਨਾਂ ਨੂੰ ਜਿਵੇਂ ਉਹਨਾਂ ਦੀ ਭਾਜਪਾ ਦੀ ਰਣਨੀਤੀ ਸੀ ਵੀ ਕਾਂਗਰਸ ਮੁਕਤ ਭਾਰਤ ਬਣਾਉਣਾ ਸੀ ਉਹ ਕਾਫੀ ਕਾਮਯਾਬੀ ਹੋਏ ਨੇ ਪਰ ਇਹ ਜਿਹੜਾ ਖੇਤਰੀ ਪਾਰਟੀਆਂ ਦਾ ਕਿਉਂਕਿ ਇਹਨਾਂ ਨੇ ਸੁਖੀਰ ਬਾਦਲ ਉਹਨਾਂ ਨੇ ਵੀ ਕਿਹਾ ਵੀ ਜਿਹੜੀ ਖੇਤਰੀ ਪਾਰਟੀਆਂ ਨੇ ਇਹ ਲੋਕਾਂ ਦੇ ਨਾਲ ਜ਼ਮੀਨੀ ਪੱਧਰ ਦੇ ਉੱਪਰ ਜੁੜੀਆਂ ਹੋਈਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਜਾਣਦੀਆਂ ਨੇ ਲੋਕਾਂ ਨੂੰ ਉਹਨਾਂ ਦੀਆਂ ਕੀ ਪਰੇਸ਼ਾਨੀਆਂ ਨੇ ਕੀ ਉਹਨਾਂ ਦੀ ਜਿਹੜੀਆਂ ਹੈਗੇ ਉਹਨੂੰ ਕਿਵੇਂ ਹੱਲ ਕਰਨਾ ਇਹ ਖੇਤਰੀ ਪਾਰਟੀਆਂ ਜਾਣਦੀਆਂ ਨੇ ਨਾ ਕਿ ਨੈਸ਼ਨਲ ਪਾਰਟੀਆਂ ਸੋ ਉਹਨਾਂ ਦੀ ਗੱਲ ਤਾਂ ਵਧੀਆ ਸੀ ਪਰ ਇਹਨੂੰ ਜਿਹੜਾ ਹੈਗਾ ਹੰਗਾਰਾ ਦੇਖੋ ਜੇ ਮਿਲਦਾ ਹੈਗਾ ਤਾਂ ਇੱਕ ਵੱਡਾ ਕੌਮੀ ਮੋਰਚਾ ਬਣਾਇਆ ਵੀ ਜਾ ਸਕਦਾ ਕਿਉਂਕਿ ਇੱਥੇ ਸਾਰਾ ਕੁਝ ਸੰਭਵ ਆ ਦੇਖੋ ਹੁਣ ਇਹਨਾਂ ਨੇ ਗੱਲ ਕੀਤੀ ਵੀ ਮੈਂ ਪੰਜਾਬ ਦੇ ਵਿੱਚ ਭਾਵੇਂ ਮੈਨੂੰ ਕਿੰਨਾ ਵੀ ਨੁਕਸਾਨ ਹੋ ਜੇ ਮੈਂ ਕਿਸਾਨਾਂ ਦੀ ਪਿੱਠ ਤੇ ਆ ਮੈਂ ਕਿਸਾਨਾਂ ਦੇ ਨਾਲ ਅਸੀਂ ਦੇਖੋ ਪਿਛਲੇ ਸਾਲ ਸਤੰਬਰ ਦੇ ਵਿੱਚ ਜਿਹੜਾ ਹੈਗਾ ਭਾਜਪਾ ਦੇ ਨਾਲ ਪੂਰਾ ਟੂੜ ਵਿਛੋੜਾ ਕਰ ਲਿਆ ਠੀਕ ਆ ਹੁਣ ਇਹਨਾਂ ਦਾ ਬਸਪਾ ਦੇ ਨਾਲ ਗੱਠਜੋੜ ਹੋਇਆ ਪਰ ਹੁਣ ਅਸੀਂ ਕਹਿੰਦੇ ਰਲ ਕੇ ਜਿਹੜਾ ਹੈਗਾ ਇੱਕ ਭਾਜਪਾ ਨੂੰ ਪੂਰੀ ਚੁਣੌਤੀ ਦੇਣੀ ਆ ਤਾਂ ਕਿ ਉਹਨੂੰ ਅਸੀਂ ਉਹਦੇ ਜਿਹੜਾ ਜੇਤੂ ਰਾਤਾ ਜਿਹੜਾ ਕਈ ਤਾਂ ਜਿਵੇਂ ਕਹਿੰਦੇ ਆ ਵੀ ਭਾਜਪਾ ਹੰਕਾਰੀ ਪਈ ਆ ਉਹਨੂੰ ਅਸੀਂ ਉਹਦਾ ਹੰਕਾਰ ਨੂੰ ਤੋੜਨ ਦੇ ਲਈ ਸਾਨੂੰ ਇਸ ਤਰ੍ਹਾਂ ਦਾ ਮੋਰਚਾ ਜਿਹੜਾ ਹੈਗਾ ਬਣਾਉਣਾ ਹੀ ਪੈਣਾ ਤੇ ਉਹ ਭਾਜਪਾ ਨੂੰ ਜਿਹੜਾ ਹੈਗਾ ਇੱਕ ਵੱਡੀ ਜਿਹੜੀ ਹੈਗੇ ਇੱਕ ਚੁਣੌਤੀ ਦੇ ਸਕਦਾ ਬਿਲਕੁਲ ਸੋ ਵਿਰੋਧੀ ਧਿਰਾਂ ਚ ਚੁਣੌਤੀ ਦੇਣ ਦੇ ਲਈ ਭਾਜਪਾ ਨੂੰ ਜੋ ਇਕਜੁੱਟ ਹੋਣ ਦੀਆਂ ਗੱਲਾਂ ਕਰ ਰਹੀਆਂ ਨੇ ਪਰ ਇਹ ਇਕਜੁੱਟ ਪਾਉਂਦੀਆਂ ਹਨ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ ਸੋ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਇਨਾਈ ਕਲਰਫੁਲ ਲਾਈਵ ਹਾਜ਼ਰ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ આરਪਾਰ ਲੈ ਕੇ ਹੁਣ ਮੈਨੂੰ ਪਰਮਜੀਤ ਕੁਰਸਾਨੀ ਅਤੇ ਸੀਨੀਅਰ ਪੱਤਰਕਾਰ ਕਮਲੇਸ਼ ਤੁੱਗਲ ਜਿੰਦੂ ਇਜਾਜ਼ਤ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ ਧੰਨਵਾਦ ਸ਼ੁਕਰੀਆ ਜੀ